ਪੰਜਾਬ ਵਿੱਚ ਡਾਕਟਰਾਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਡਾਕਟਰਾਂ ਨੇ ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਵਿੱਚ ਬਿਮਾਰ ਸਰਕਾਰ ਹੈ ਅਤੇ ਇਸ ਨੂੰ ਇਲਾਜ ਦੀ ਤੁਰੰਤ ਲੋੜ ਹੈ। ਡਾਕਟਰਾਂ ਨੇ ਸਰਕਾਰ ਦੇ ਇਲਾਜ ਲਈ ਮਿਲ ਕੇ ਨਵਾਂ ਸੰਗਠਨ ਗਲੋਬਲ ਹੀਲਰ ਆਰਗੇਨਾਈਜੇਸ਼ਨ ਦਾ ਗਠਨ ਕੀਤਾ ਹੈ। ਜਲੰਧਰ ਵਿੱਚ ਗਲੋਬਲ ਹੀਲਰ ਆਰਗੇਨਾਈਜੇਸ਼ਨ ਦੀ ਹੋਈ ਕਾਨਫਰੰਸ ਵਿੱਚ ਕਈ ਵੱਡੇ ਸੰਗਠਨਾਂ ਦੇ ਅਹੁਦੇਦਾਰ ਡਾਕਟਰ ਪਹੁੰਚੇ ਸਨ। ਡਾਕਟਰਾਂ ਨੇ ਕਿਹਾ ਕਿ ਸਰਕਾਰ ਨੂੰ 15 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਕਿ ਉਹ ਫਰੀਦਕੋਟ ਵਿੱਚ ਵੀਸੀ ਨਾਲ ਹੋਏ ਦੁਰਵਿਵਹਾਰ सेहत मंत्री चेतन सिंह जोड़ा माजर नूं माफी मंगण लई कहे। डॉक्टरां दा कहना सी कि जेकर सेहत मंत्री ने माफी ना मंगी तां सरकार खिलाफ मोर्चा खोल दिता जाएगा। डॉक्टरां ने पंजाब सरकार वल्लों खोले जा रहे मोहल्ला क्लीनिका संबंधी आरोप लगाउंदिआं कहा कि इह पंजाब दे लोकां नूं गुमराह करन लई खोले जा रहे हन अते इस विच वड्डा घपला है। प्लीज सबसक्राइब प्रवासी टीवी एंड प्रेस द बेल आइकन।